ਰਿਕਾਰਡ ਡਾਕਟਰ ਈਸ਼ਰ ਸਿੰਘ ਦੇ ਸਾਹਮਣੇ ਪੇਸ਼ ਹੋਇਆ ਉਹ ਇਸ ਵੇਲੇ ਕਿੱਥੇ ਆ ਉਹ ਸਾਰਾ ਰਿਕਾਰਡ ਅਜੇ ਤੱਕ ਐਸੇ ਸਥਾਨ ਦੇ ਵਿੱਚ ਹੈ ਜਿੱਥੋਂ ਉਹਨਾਂ ਦੇ ਵਿੱਚ ਕੋਈ ਤਬਦੀਲੀ ਨਾ ਕੀਤੀ ਜਾ ਸਕੀ ਬਿਲਕੁਲ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਾਰਾ ਰਿਕਾਰਡ ਸਾਡੇ ਪਬਲੀਕੇਸ਼ਨ ਭਾਗ ਚ ਹੈ ਇੱਕ ਤੁਹਾਨੂੰ ਹੋਰ ਦੱਸਣਾ ਚਾਹਣਾ ਕਿ ਡਾਕਟਰ ਈਸ਼ਰ ਸਿੰਘ ਨੇ ਉਹ ਰਿਕਾਰਡ ਨੂੰ ਪੂਰਾ ਲੇਮੀਨੇਸ਼ਨ ਕੀਤਾ ਵੀ ਉਹਦੇ ਵਿੱਚ ਕੋਈ ਹੀਰਾ ਫੇਰ ਨਾ ਕਰ ਸਕੇ ਕੋਈ ਬਾਹਰ ਕੱਢ ਨਾ ਸਕੇ ਪੂਰਾ ਲੇਮੀਨੇਸ਼ਨ ਕਰਕੇ ਉਹ ਸਾਰਾ ਰਿਕਾਰਡ ਜਿਹੜਾ ਸਾਡਾ ਪਬਲੀਕੇਸ਼ਨ ਭਾਗ ਦੇ ਵਿੱਚ ਪੂਰਾ ਰੱਖਿਆ ਹੋਇਆਗਾ ਜਦੋਂ ਤੁਸੀਂ ਸਾਰੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰ ਚੁੱਕੇ ਹੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਹਦਾ ਇੱਕ ਫੈਸਲਾ ਡਾਕਟਰ ਈਸ਼ਰ ਸਿੰਘ ਜਾਂਚ ਕਮਿਸ਼ਨ ਦਾ ਸੀ ਕਿ 7.5 ਕਰੋੜ ਰੁਪਈਆ ਸਤਿੰਦਰ ਸਿੰਘ ਕੋਹਲੀ ਐਂਡ ਕੰਪਨੀ ਕੋਲ ਲਿਆ ਜਾਵੇਗਾ ਉਹਦੀ ਕਾਰਵਾਈ ਕਿੱਥੋਂ ਤੱਕ ਪਹੁੰਚ ਚੁੱਕੀ ਉਹਦਾ ਸੀ ਜਿਹੜਾ ਸੀ ਨੋਟਸ ਨੂੰ ਲੀਗਲ ਨੋਟਸ ਭੇਜ ਚੁੱਕਿਆ ਜੀ ਤੇ ਉਹ ਨੋਟਸ ਦਾ ਉਹਨੇ ਸਾਨੂੰ ਜਵਾਬ ਦਿੱਤਾ ਹੈ ਦੇਣਾ ਕਿ ਅਜੇ ਆਇਆ ਨਹੀਂ ਦੇਖੋ ਤੁਸੀਂ ਇਸ ਨੋਟਸ ਨੂੰ ਜਨਤਕ ਨਹੀਂ ਕੀਤਾ ਦੇਖੋ ਮੈਂ ਇਹਦੇ ਕਰਕੇ ਸ਼ੰਕਾ ਆ ਬਿਲਕੁਲ ਮੈਂ ਨੋਟਸ ਨੂੰ ਜਨਤਕ ਨਹੀਂ ਕੀਤਾ ਘੱਟੋ ਘੱਟ ਇੱਕ ਅਹਿਮ ਜਾਣਕਾਰੀ ਸੀ ਅਹਿਮ ਜਾਂਚ ਦਾ ਹਿੱਸਾ ਸੀ ਇਹਦਾ 1.5 ਮਹੀਨਾ ਹੋ ਗਿਆ ਨੋਟਸ ਦਿੱਤੇ ਇਹ ਸਾਡੀ ਇੱਕ ਜਿਹੜੀ ਕਾਨੂੰਨੀ ਅਸੀਂ ਇੱਕ ਕਮੇਟੀ ਬਣਾਈ ਸੀ ਸਾਡੇ ਜਨਰਲ ਸੈਕਟਰੀ ਨੇ ਐਡਵੋਕੇਟ ਨੇ ਧਾਮੀ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਹੋਰ ਵੀ ਇਹਨਾਂ ਨਾਲ ਐਡਵੋਕੇਟ ਲਏ ਗਏ ਨੇ ਇਹਨਾਂ ਨੇ ਸਾਰੀ ਉਹ ਕੀਤੀ ਹੈ ਇਹ ਦੇਖ ਰਹੇ ਨੇ ਸਾਰਾ ਕਾਨੂੰਨੀ ਪ੍ਰਕਿਰਿਆ ਨੂੰ ਸਾਰਾ ਇਹ ਦੇਖ ਰਹੇ ਨੇ ਵੀ ਕਿਸ ਤਰ੍ਹਾਂ ਕੇਸ ਕਰਨਾ ਕਿਸ ਤਰ੍ਹਾਂ ਜਿਹੜਾ ਕੋਚੀ ਦਾ ਜਵਾਬ ਪੰਜਾਬੀ ਚ ਤੇ ਇੰਗਲਿਸ਼ ਦੇ ਵਿੱਚ ਉਹ ਮੇਰੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਭੇਜ ਚੁੱਕਾ ਤੇ ਸ੍ਰੀ ਸਾਹਿਬ ਸਾਹਿਬ ਦੇ ਜ਼ਿਲ੍ਹੇਦਾਰ ਨੂੰ ਭੇਜ ਚੁੱਕਾ ਇਹਦੀ ਕਾਪੀ ਤੇ ਮੇਰੇ ਕੋਲ ਵੀ ਆ ਚੁੱਕੀ ਨਹੀਂ ਉਹਦੀ ਇਦਾਂ ਸੀ ਉਹਨੇ ਪਹਿਲਾਂ ਰੀਪ੍ਰੈਜੈਂਟੇਸ਼ਨ ਦੇ ਦਿੱਤੀ ਸੀਗੀ ਸਾਨੂੰ ਅਸੀਂ ਜਿਹੜਾ ਉਹਨੂੰ ਨੋਟਸ ਆ ਉਹ ਤੋਂ ਬਾਅਦ ਭੇਜਿਆ ਉਹਨੇ ਪਹਿਲਾਂ ਆਪਣੀ ਸਫਾਈ ਦੇ ਵਿੱਚ ਸਾਨੂੰ ਭੇਜੇ ਸੀ ਕੁਛ ਆਪਣੀ ਰਿਪ੍ਰੈਜੈਂਟੇਸ਼ਨ ਦੇ ਤੌਰ ਦੇ ਉੱਤੇ ਪਰ ਅਸੀਂ ਜਿਹੜਾ ਕੋਈ ਉਹ ਜਵਾਬ ਨਹੀਂ ਦਿੰਦਾ ਜਾਂ ਕਾਰਵਾਈ ਨਹੀਂ ਕਰਦਾ ਇਹ ਕਾਨੂੰਨੀ ਕਾਰਵਾਈ ਕਰਾਂਗੇ ਅਦਾਲਤ ਜਾ ਕੇ ਕਾਨੂੰਨੀ ਕਾਰਵਾਈ ਜੋ ਕਾਨੂੰਨੀ ਪ੍ਰਕਿਰਿਆ ਉਹ ਆਰੰਭੀ ਹੋਈ ਹੈ ਅਸੀਂ ਸਾਰਾ ਉਹ ਕੇਸ ਲੜਾਂਗੇ ਅਦਾਲਤ ਜਿਹੜੀ ਆਪਾਂ ਕਮੇਟੀ ਬਣਾਵਾਂਗੇ 16 ਦੋਸ਼ੀ ਦੇ ਡਾਕਟਰ ਈਸ਼ਰ ਸਿੰਘ ਕਮਿਸ਼ਨ ਨੇ ਐਲਾਨ ਦਿੱਤੇ ਨੇ ਜੇ ਉਹ ਹਾਈ ਪਾਵਰ ਨੇ ਕਿਹਾ ਵੀ ਇਹ ਵਿੱਚੋਂ ਦੋਸ਼ੀ ਹੈ ਹੀ ਨਹੀਂ ਇਹਦਾ ਕਸੂਰ ਹੀ ਕੋਈ ਨਹੀਂ ਸੀ ਉਹ ਮੰਨਿਆ ਜਾਊਗਾ ਜੀ ਬਾਅਦ ਚੋਂ ਨਹੀਂ ਨਹੀਂ ਉਹਦੇ ਨਾਲ ਨਹੀਂ ਉਹ ਕਰਨੀ ਗੱਲ ਤਾਂ ਇਹ ਜੋ ਦੋਸ਼ੀ ਪਾਤੇ ਉਹਨਾਂ ਨੇ ਉਹਦੇ ਉੱਤੇ ਸਾਰਾ ਕਰੇਗੀ ਉਹ ਇਹ ਨਹੀਂ ਹੈਗਾ ਵੀ ਕੋਈ ਵੱਖਰਾ ਹੀ ਉਹ ਪੂਰਾ ਮੰਥਨ ਕਰੂਗੀ ਉਹਦਾ ਦੋਸ਼ੀਆਂ ਦਾ ਵੀ ਮੰਥਨ ਕੀਤਾ ਜਾਊਗਾ ਜੀ ਹਾਂ ਸਾਰਾ ਕੁਝ ਉਹ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਉਹ ਸਿਰਫ ਕੋਹਲੀ ਦੀ ਸੀ ਕਿ ਉਹ ਤਾਂ ਪੈਸੇ ਵਾਪਸ ਲੈਣੇ ਸੀ ਇਸ ਕਰਕੇ ਸਾਰਾ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਦੂਸਰੀਆਂ ਜਿਹੜੀਆਂ ਸੀਆਂ ਅਸੀਂ ਉਹ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਜੁੜੀ ਹੋਈ ਮਸਲਾ ਸੀ ਇਸ ਕਰਕੇ ਬਹੁਤ ਸਾਰੇ ਸਿੱਖ ਸੰਸਥਾਵਾਂ ਵੱਲੋਂ ਬਹੁਤ ਸਾਰੇ ਵਿਦਵਾਨਾਂ ਨੂੰ ਸਾਨੂੰ ਇਹ ਗੱਲ ਕਹੀ ਗਈ ਵੀ ਇਹ ਤੁਸੀਂ ਉੱਥੇ ਨਾ ਲੈ ਕੇ ਜਾਓ ਆਪਣਾ ਅਦਾਲਤ ਵਿੱਚ ਨਹੀਂ ਇਹਦਾ ਕੋਈ ਫੈਸਲਾ ਹੋਣਾ ਇਹ ਸਭ ਤੋਂ ਵੱਡੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਹੈ ਉੱਥੇ ਲੈ ਕੇ ਜਾਓ ਵੀ ਉੱਥੇ ਹੀ ਫੈਸਲਾ ਹੋਣਾ ਸੀ ਅੱਜ ਕੁਝ ਬੰਦੇ ਹਾਈ ਪਾਵਰ ਜਿਹੜੀ ਆ ਕੋਰਟ ਦੇ ਵਿੱਚ ਚਲੇ ਗਏ ਹਾਈ ਕੋਰਟ ਦੇ ਵਿੱਚ ਉਹਨਾਂ ਬਾਰੇ ਸ਼੍ਰੋਮਣੀ ਕਮੇਟੀ ਚ ਚਲੇ ਗਏ ਇਹਨਾਂ ਕੇਸ ਉਹਨਾਂ ਦਾ ਉਹਨਾਂ ਦਾ ਸਾਡੀ ਜਿਹੜੀ ਅਸੀਂ ਕਾਨੂੰਨੀ ਲੜਾਈ ਉਹਦਾ ਵਕੀਲ ਕਰਕੇ ਲੜਾਂਗੇ ਜਿਹੜੇ ਉੱਥੇ ਗਏ ਨੇ ਉਹਦਾ ਜਵਾਬ ਦੇਵਾਂਗੇ ਸਾਰੀ ਗੱਲਬਾਤ ਉਹ ਅੱਜ ਸਿਗੇ ਗਏ ਆ ਅਸੀਂ ਸਾਡਾ ਵਕੀਲ ਵਗੈਰਾ ਪੇਸ਼ ਹੋਇਆ ਕੈਬਟ ਦੀ ਐਪਲੀਕੇਸ਼ਨ ਪਾਈ ਸੀ ਉਹਦਾ ਨੋਟਿਸ ਹੋ ਗਿਆ ਇੰਡੀਓ ਕੋਰਸ ਆਫ ਲਾ ਉਹ ਲੜਾਈ ਪੂਰੇ ਵੱਡੇ ਪੱਧਰ ਤੇ ਲੜੀ ਜਾਊਗੀ ਕੋਈ ਇਲੈਕਸ਼ਨ ਅੱਜ ਸਾਡੀ ਜਿਹੜੀ ਓਬਜੈਕਟਿਵ ਆ 2019-20 ਵਾਲੀ ਉਹਦਾ ਆਖਰੀ ਫੈਸਲਾ ਹੈ ਕੀ ਆਉਣ ਵਾਲੀ ਓਬਜੈਕਟਿਵ ਜਿਹੜੀ ਹੈ ਜਿਹੜੀ ਨਵੰਬਰ ਚ ਆਉਣੀ ਆ ਉਹ ਤੁਹਾਡੇ ਫੈਸਲੇ ਮੰਨਣ ਲਈ ਪਾਬੰਦ ਹੈ ਕਿਉਂਕਿ ਅਕਸਰ ਇਹੋ ਦੇਖਿਆ ਜਾਂਦਾ ਇੱਕ ਓਬਜੈਕਟਿਵ ਫੈਸਲਾ ਲੈਂਦੀ ਹੈ ਦੂਜੀ ਆ ਕੇ ਬਦਲ ਦਿੰਦੀ ਹੈ ਅਸੀਂ 2017-18 ਦੇ ਫੈਸਲੇ ਲੈ ਲਈਏ ਤਾਂ ਸਾਹਮਣੇ ਸਾਹਮਣੇ ਨੇ ਨਹੀਂ ਇਸ ਗੱਲ ਨਹੀਂ ਹੁੰਦੀ ਦੇਖੋ ਸਾਰੀ ਇਹ ਜਿਹੜੇ ਮਸਲੇ ਨੇ ਕੋਈ ਸਾਡਾ ਇਹ ਨਹੀਂ ਇਹ ਸਾਂਝੇ ਮਸਲੇ ਨੇ ਸਾਰੇ ਕੋਈ ਨਿੱਜੀ ਮਸਲਾ ਨਹੀਂ ਕਿਸੇ ਦਾ ਇਹ ਸਾਰੇ ਪਾਬੰਦ ਹੋਣਗੇ ਮੰਨਣ 2015 ਤੋਂ ਲੈ ਕੇ 16 ਤੋਂ ਲੈ ਕੇ ਤੁਹਾਡੇ ਫੈਸਲੇ ਜਿਹੜੇ ਆ ਨਾਲੇ ਮੈਂ ਉਹ ਦੱਸਦਾ ਇਹ ਜਿਹੜੀ ਕਮੇਟੀ ਬਣਾਈ ਹੈ ਨਾ ਇਹ ਕੋਈ ਜਾਂਚ ਕਮੇਟੀ ਨਹੀਂ ਬਣਾਈ ਹੈਗੀ ਅਸੀਂ ਇਹ ਮੰਥਨ ਕਮੇਟੀ ਹੈ ਵੀ ਇਹਦਾ ਸਾਰਾ ਰਿਵਿਊ ਕਰੂਗੀ ਸਾਰੇ ਮਸਲੇ ਕਿਹੜੀਆਂ ਗਲਤ ਫੈਪੀਆਂ ਲੋਕ ਲੋਝ ਪਾਈ ਜਾਂਦੇ ਨੇ ਫਾਣ ਥਾਂ ਵੀੜ ਚਲੀ ਗਈ ਜੀ ਆਹ ਹੋ ਗਈ ਉਹ ਸਾਰਾ ਕੁਝ ਮੰਥਨ ਕਰੇਗੀ ਉਹ ਸਾਰਾ ਕੁਝ ਦੇਖੀ ਸਾਰਾ ਇਹ ਮੰਥਨ ਕਰੇਗੀ ਹਰ ਚੀਜ਼ ਮੰਥਨ ਕਰੇਗੀ ਪਤਾ ਨਹੀਂ ਪੈਸੇ ਦਾ ਗੱਬੜ ਤਦ ਹੁੰਦਾ ਹੈ ਕਿ ਜੇ ਪਤਾ ਹੋਵੇ ਕਿ ਫਲਾਣੀ ਚੀਜ਼ ਫਲਾਣੇ ਨੂੰ ਦਿੱਤੀ ਸੀ ਇਹਦੇ ਪੈਸੇ ਨੇ ਜੇਬ ਚ ਪਾ ਲਏ ਆ ਇੱਥੇ ਤੱਕ ਪਤਾ ਹੀ ਨਹੀਂ ਕਿ 328 ਸੂ ਦਿੱਤੇ ਕਿਨੂੰ ਨੇ ਤੁਸੀਂ ਕਹਿ ਰਹੇ ਹੋ ਪੈਸੇ ਜੇਬ ਚ ਪਾ ਲਏ ਨੇ ਪਰ 328 ਇਹ ਤਾਂ ਡਾਕਟਰ ਈਸ਼ਰ ਸਿੰਘ ਨੇ ਦਿੱਤਾ ਉਹਦੇ ਵਿੱਚ ਉਹਨੇ ਬਕਾਇਦਾ ਆਪਦੀ ਕੀਤੀ ਹੈ ਪੂਰੀ ਇਨਕੁਆਇਰੀ ਇੱਕ ਮਹੀਨਾ ਲਾ ਕੇ ਉਹਨਾਂ ਨੇ ਕੀਤੀ ਹੈ
ਸਾਰਾ ਉਹਨਾਂ ਨੇ ਆਪਣੀ ਇਨਕੁਆਇਰੀ ਵਿੱਚ ਇਹ ਗੱਲ ਕੀਤੀ ਸਰ ਜਾਂਚ ਕਮਿਸ਼ਨ ਸਾਰੀ ਰਿਪੋਰਟ ਜਨਤ ਕਰਤੀ ਸਾਰੇ ਰਿਪੋਰਟਾਂ ਨਹੀਂ ਉਹਨਾਂ ਦੀ ਰਿਪੋਰਟ ਦੇ ਵਿੱਚ ਇਹ ਆ ਕਿ ਇਹ ਸਿੱਖ ਸੰਗਤਾਂ ਦੇ ਘਰਾਂ 'ਚ ਗਏ ਆ ਜਿੱਥੇ ਉਹਨੇ ਕਿਹਾ ਹੈਗਾ ਵੀ ਇਹ ਰਿਕਾਰਡ ਜੇਰਾ ਫਿਰ ਕੀਤੀ ਆ ਇਹ ਪੈਸੇ ਇਹਨਾਂ ਨੇ ਆਪਣੀ ਜੇਬ 'ਚ ਪਾਏ ਨੇ ਸਾਰਾ ਕੁਝ ਲਿਖਿਆ ਹੋਇਆ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਇਹ ਵੀ ਕਹਿੰਦੀ ਆ ਕਿ ਜਿਸ ਕੋਹਲੀ ਕੋਲੋਂ ਆਪਾਂ ਆਡਿਟ ਕਰਾਉਣਾ ਸੀ ਉਸ ਕੋਹਲੀ ਦੀ ਹਰੇਕ ਅੰਤਰਿੰਗ ਕਮੇਟੀ ਜਿਹੜੀ ਹੈਗੀ ਆ ਸਰਵਿਸ ਦੇ ਵਿੱਚ ਵਾਧਾ ਕਰਦਾ ਰਿਹਾ ਉਹਦੇ ਠੇਕੇ 'ਚ ਵਾਧਾ ਇਸੇ ਰਿਕਵਰੀ ਕਿਹਾ ਉਹਨਾਂ ਨੇ ਇਹ ਦੋਸ਼ੀ ਕਿਤੇ ਹੀ ਲਿਖਿਆ ਹੋਇਆ ਨਹੀਂ ਉਹਨੇ ਲਿਖਿਆ ਜ਼ਿੰਮੇਵਾਰੀ ਲਿਖੀ ਹੈ ਜੀ ਉਹਨੇ ਲਿਖਿਆ ਦੋਸ਼ੀ ਬਹੁਤ ਫਰਕ ਹੈ ਨਹੀਂ ਬਾਰੀ ਉਹਨੇ ਲਿਖਿਆ ਨਹੀਂ ਉਹਨੇ ਪਰ ਇਹ ਉਹ ਤਾਂ ਲਿਖਿਆ ਜਿਹੜੀ ਸਾਡੇ ਕੋਲ ਆਈ ਰਿਪੋਰਟ ਉਹਨੇ ਕਿ ਜਿਹੜਾ ਉਹਨਾਂ ਨੇ ਸਿਰਫ ਉਹਨਾਂ ਨੇ ਜੋ ਸਾਨੂੰ ਆਦੇਸ਼ ਦਿੱਤਾ ਉਹਨਾਂ ਨੇ ਸਿਰਫ ਇਹ ਕਿਹਾ ਵੀ ਉਹ ਤੋਂ ਵਾਪਸ ਕਰਾਏ ਜਾਣ ਇਹ ਰਿਕਵਰੀ ਰਿਕਵਰੀ ਕਰਾਈ ਜਾਵੇ ਰਿਕਵਰੀ ਦਾ ਲਾਭ ਵਰਤਾ ਰਿਕਵਰੀ ਇਸ ਕਰਾ ਉਹਦੀ ਫਾਈਨਲ ਰਿਪੋਰਟ 'ਚ ਰਿਕਵਰੀ ਲਿਖਿਆ ਜਿਹੜਾ ਕੋਹਲੀ ਵਾਲਾ ਪੈਰਾ ਨਾ ਜੀ ਉਹ ਪੜ ਲਿਓ ਦੁਬਾਰਾ ਪੜੋ ਨਹੀਂ ਕੀ ਜਿਹੜੀ 10 ਪੇਜਾਂ ਵਾਲੇ ਪੜ ਲਓ ਮੈਂ ਕਿਹਾ 10 ਪੇਜਾਂ ਦੇ ਕੋਲ 1000 ਰੁਪਏ ਇੱਕ ਵਾਰ 1000 ਵੱਖਰਾ ਆ ਤੁਹਾਨੂੰ ਚਿੱਠੀ ਲਿਖ ਰਿਹਾ ਤੁਸੀਂ ਉਹਦਾ ਪਤਾ ਕਰ ਰਹੇ ਹੋ 10 ਪੇਜਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਹੀ ਅੰਤਨ ਕਮੇਟੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਸਾਲ ਬਹੁਤ ਵਧੀਆ ਸਹਿਯੋਗ ਦੇ ਨਾਲ ਵਧੀਆ ਸਾਰੇ ਆਪਣੇ ਬੜਮੁੱਲੇ ਵਿਚਾਰਾਂ ਦੇ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਬੜੇ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਆਪਣੀਆਂ ਜਿਹੜੀਆਂ ਬੜਮੁੱਲੀਆਂ ਸਲਾਹਾਂ ਦਿੱਤੀਆਂ ਪੂਰਾ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਦੂਸਰਾ ਮੈਂ ਸਾਰੀ ਪ੍ਰੈਸ ਦਾ ਸਮੁੱਚੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਜਦੋਂ ਵੀ ਕੋਈ ਗੱਲ ਆਉਣੀ ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਪੂਰਾ ਮੀਡੀਆ ਦੇ ਵਿੱਚ ਹਰ ਗੱਲ ਨੂੰ ਸਾਡੀ ਨੂੰ ਲੈ ਕੇ ਦਿਓਗੇ ਇਸ ਕਰਦਾ ਮੈਂ ਸਾਰੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਦੂਜਾ ਜਿਹੜਾ ਮੁੱਖ ਅੱਜ ਵਿਸ਼ਾ ਚੱਲ ਰਿਹਾ ਹੈ ਉਹ ਹੈ ਪਾਕਿਸਤਾਨ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਆਖਰੀ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਉੱਥੇ ਗੁਜ਼ਾਰਿਆ ਕਿਰਤ ਕਰੋ ਦਾ ਸੰਦੇਸ਼ ਜਿਹੜਾ ਦਿੱਤਾ ਸੀ ਸ਼੍ਰੀ ਕਰਤਾਰਪੁਰ ਦੀ ਧਰਤੀ ਤੋਂ ਆਪ ਹੱਥੀਂ ਹਲ ਵਾਹ ਕੇ ਸਾਰੇ ਸੰਸਾਰ ਨੂੰ ਦਿੱਤਾ ਸੀ ਔਰ ਬੜੇ ਲੰਮੇ ਸਮੇਂ ਤੋਂ ਸਾਰੀਆਂ ਨਾਨਕ ਨਾਮ ਨੇਵਾ ਸਿੱਖ ਸੰਗਤਾਂ ਦੀ ਇੱਕ ਭਾਵਨਾ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਹੋਈ ਤਾਂ ਦੋਨੇ ਸਰਕਾਰਾਂ ਨੇ ਫੈਸਲਾ ਕਰਕੇ ਜਿਹੜਾ ਉਹ ਲਾਂਘਾ ਖੋਲ੍ਹਿਆ ਗਿਆ ਬਹੁਤ ਸਾਰੀਆਂ ਸਿੱਖ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੋਈਆਂ ਔਰ ਪਿਛਲੇ ਸਮੇਂ ਤੋਂ ਲੈ ਕੇ ਜੋ ਕੋਵਿਡ-19 ਜਦੋਂ ਆਇਆ ਉਦੋਂ ਦਾ ਇਹ ਲਾਂਘਾ ਜਿਹੜਾ ਸੀ ਬੰਦ ਪਿਆ ਸੀ ਔਰ ਫਿਰ ਹੁਣ ਦੁਬਾਰਾ ਜਿਹੜਾ ਪਾਕਿਸਤਾਨ ਵੱਲੋਂ ਵੀ ਖੋਲ੍ਹਿਆ ਗਿਆ ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਵੇਂ ਹੋਰ ਸਾਰੇ ਧਰਮ ਸਥਾਨ ਖੋਲ੍ਹ ਦਿੱਤੇ ਗਏ ਨੇ ਜਾਂ ਮੌਲ ਖੋਲ੍ਹ ਦਿੱਤੇ ਸਿਨੇਮੇ ਖੋਲ੍ਹ ਦਿੱਤੇ ਵੀ ਇਹ ਜਿਹੜਾ ਸ਼੍ਰੀ ਕਰਤਾਰਪੁਰ ਦਾ ਲਾਂਘਾ ਹੈ ਇਹ ਵੀ ਤੁਰੰਤ ਖੋਲ੍ਹਿਆ ਜਾਵੇ ਤਾਂ ਕਿ ਸਾਰੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਖੁੱਲ੍ਹੇ ਤੌਰ 'ਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ ਇੱਕ ਇਹ ਬੜੇ ਅਫਸੋਸ ਦੀ ਗੱਲ ਹੈ ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ ਕਿ ਪਾਕਿਸਤਾਨ ਦੀ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਜੋ ਉੱਥੇ ਦਾ ਪ੍ਰਬੰਧ ਹੈ ਉਹ ਆਪਣੇ ਹੱਥੀਂ ਲੈ ਲਿਆ ਹੈ ਜੋ ਉਹਨਾਂ ਦੀ ਕੋਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਹੈ ਉਹਨੂੰ ਦਿੱਤਾ ਗਿਆ ਹੈ ਇਹਦੇ ਨਾਲ ਸਾਰੇ ਸਿੱਖ ਹਿਰਦਿਆਂ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੈ ਔਰ ਸਿੱਖ ਹਿਰਦੇ ਮੈਂ ਸਮਝਦਾ ਦੁਖੀ ਹੋਏ ਨੇ ਇਸ ਦੇ ਨਾਲ ਕਿਉਂਕਿ ਸ਼੍ਰੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਹਮੇਸ਼ਾ ਸਿੱਖ ਸੰਗਤਾਂ ਕਰਦੀਆਂ ਨੇ ਜਾਂ ਸਿੱਖਾਂ ਚੁਣੀ ਹੋਈ ਕੋਈ ਸੰਸਥਾ ਕਰਦੀ ਹੈ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਸੀ ਕਿਉਂਕਿ ਇਹ ਸਿੱਖਾਂ ਨੂੰ ਵੀ ਪਤਾ ਹੁੰਦਾ ਹੈ ਜਾਂ ਪ੍ਰਬੰਧ ਕਮੇਟੀਆਂ ਨੂੰ ਉੱਥੋਂ ਦੀ ਮਰਿਆਦਾ ਦਾ ਉੱਥੋਂ ਦੇ ਨਿਯਮਾਂ ਦਾ ਜਿਸ ਤਰ੍ਹਾਂ ਦਾ ਉੱਥੇ ਕਰਨਾ ਹੈ ਜੇ ਆਪਾਂ ਗੈਰ ਸਿੱਖ ਕਿਸੇ ਨੂੰ ਲਾ ਦਾਂਗੇ ਉਹ ਨਹੀਂ ਕਰ ਸਕਦੇ ਔਰ ਨਾ ਉਹਨੂੰ ਮਰਿਆਦਾ ਦਾ ਪਤਾ ਹੁੰਦਾ ਨਾ ਉਹ ਚੰਗਾ ਪ੍ਰਬੰਧ ਕਰ ਸਕਦੇ ਨੇ ਔਰ ਜਿਸ ਦੇ ਮਨ ਦੇ ਵਿੱਚ ਸ਼ਰਧਾ ਸਤਿਕਾਰ ਹੁੰਦੀ ਹੈ ਉਹੀ ਅੱਛੀ ਤਰ੍ਹਾਂ ਉੱਥੋਂ ਦਾ ਪ੍ਰਬੰਧ ਕਰ ਸਕਦਾ ਹੈ ਔਰ ਮੈਂ ਇਸ ਗੱਲ ਦੀ ਸਰਕਾਰ ਦੀ ਇਹ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਹੈ ਉਹਦੀ ਘੋਰ ਨਿੰਦਿਆ ਵੀ ਕਰਦਾ ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਵੀ ਕਰਦਾ ਕਿ ਇਹ ਆਪਣੇ ਫੈਸਲੇ 'ਤੇ ਉਹ ਮੁੜ ਗੌਰ ਕਰਨ ਤਾਂ ਕਿ ਇਹ ਜਿਹੜਾ ਪ੍ਰਬੰਧ ਹੈ ਸ਼੍ਰੀ ਕਰਤਾਰਪੁਰ ਸਾਹਿਬ ਦਾ
ਉੱਥੋਂ ਦੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਦਿੱਤਾ ਜਾਵੇ। ਇਹਦੇ ਲਈ ਅਸੀਂ ਅੱਜ ਇੱਕ ਪ੍ਰਸਤਾਵ ਮਤਾ ਹੀ ਪਾਇਆ ਗਿਆ ਹੈਗਾ ਜਿੰਨੀ ਅੰਤਰ ਕਮੇਟੀ ਵੱਲੋਂ, ਉਹ ਮਤੇ ਦੀ ਕਾਪੀ ਜਿਹੜੀ ਹੈ ਪਾਕਿਸਤਾਨ ਸਰਕਾਰ ਨੂੰ ਭੇਜੀ ਜਾਵੇਗੀ, ਭਾਰਤ ਸਰਕਾਰ ਨੂੰ ਭੇਜੀ ਜਾਵੇਗੀ, ਔਰ ਉਹਨਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਵੀ ਅਸੀਂ ਚਿੱਠੀ ਹੈ ਜਿਹੜੀ ਉਹ ਪਾਕਿਸਤਾਨ ਸਰਕਾਰ ਨੂੰ ਵੀ ਲਿਖਾਂਗੇ, ਭਾਰਤ ਸਰਕਾਰ ਨੂੰ ਵੀ ਲਿਖਾਂਗੇ। ਸੋ ਅੱਜ ਇੱਕ ਚਿੱਠੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪਾਕਿਸਤਾਨ ਦਾ ਅੰਬੈਸਡਰ ਹੈ ਉਹਨੂੰ ਦਿੱਤੀ ਜਾ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਮਨਜਿੰਦਰ ਸਿੰਘ ਸਿਰਸਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਿੱਠੀ ਲੈ ਕੇ ਉੱਥੇ ਉਹਨਾਂ ਨੂੰ ਮਿਲਣਗੇ, ਬੇਨਤੀ ਕਰਨਗੇ ਕਿ ਜਿਹੜਾ ਇਹ ਫੈਸਲਾ ਬਹੁਤ ਮੰਦਭਾਗਾ ਫੈਸਲਾ, ਇਹ ਸਰਕਾਰ ਨੂੰ ਤੁਰੰਤ ਜਿਹੜਾ ਹੈ ਇਹ ਵਾਪਸ ਲੈਣਾ ਚਾਹੀਦਾ ਹੈ। ਦੂਸਰਾ ਹੈਗਾ ਕਿ ਅਸੀਂ ਜੋ ਸਾਲਾਨਾ ਸਾਡੀ ਚੋਣ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹੁਦੇਦਾਰ ਅੰਤਰ ਕਮੇਟੀ, ਉਹਦੀ 27 ਨਵੰਬਰ ਨੂੰ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਸਾਲਾਨਾ ਚੋਣ ਰੱਖੀ ਗਈ ਹੈ ਜਿਹਦੇ ਵਿੱਚ ਸਾਰੇ ਅਹੁਦੇਦਾਰ ਅਤੇ ਨਵੀਂ ਅੰਤਰ ਕਮੇਟੀ ਜਿਹੜੀ ਹੈ ਉਹ ਚੁਣੀ ਜਾਣੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸ਼ਤਾਬਦੀ ਜਿਹੜੀ ਹੈ ਉਹ 15 ਨਵੰਬਰ ਨੂੰ ਮਨਾਉਣ ਜਾ ਰਹੇ ਹਾਂ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਉਲੀਕੇ ਗਏ ਨੇ। ਵੱਖ ਵੱਖ ਅਸੀਂ ਉਹਨੂੰ ਬਹੁਤ ਚੰਗੀ ਤਰ੍ਹਾਂ ਮਨਾਉਣ ਦੇ ਲਈ ਸਬ ਕਮੇਟੀਆਂ ਵੀ ਆਪਣੀਆਂ ਮੈਂਬਰਾਂ ਸਾਹਿਬਾਨਾਂ ਦੀਆਂ ਔਰ ਬਣਾ ਦਿੱਤੀਆਂ ਨੇ। ਪੂਰੇ ਜਾਹੋ ਜਲਾਲ ਦੇ ਨਾਲ, ਪੂਰੀ ਸ਼ਰਧਾ ਸਤਿਕਾਰ ਦੇ ਨਾਲ ਇਹ ਜਿਹੜਾ 100 ਸਾਲਾ ਸ਼ਤਾਬਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਾਈ ਜਾਣੀ ਹੈ। ਉਹ 15 ਤਾਰੀਖ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 16 ਤਰੀਕ ਦੇ ਦਿਨ ਦੇ ਦੀਵਾਨ ਰਾਤ ਨੂੰ ਕਵੀ ਦਰਬਾਰ ਬਕਾਇਦਾ ਸਾਰੇ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸੇ ਤਰ੍ਹਾਂ ਮੇਨ ਜਿਹੜਾ ਮੁੱਖ ਸਮਾਗਮ ਹੋਏਗਾ ਉਹ 17 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾਏਗਾ, ਜਿਹਦੇ ਵਿੱਚ ਕੀਰਤਨ ਦਰਬਾਰ, ਢਾਡੀ ਦਰਬਾਰ ਵੀ ਹੋਏਗਾ। 12 ਵਜੇ ਜਿਹੜੀਆਂ ਸਾਡੀਆਂ ਪ੍ਰਮੁੱਖ ਧਾਰਮਿਕ ਸ਼ਖਸੀਅਤੀਆਂ ਆਉਣਗੀਆਂ ਸਾਰੇ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਦੇ ਉੱਤੋਂ, ਔਰ ਉਹਨਾਂ ਦਾ ਸਨਮਾਨ ਵੀ ਕੀਤਾ ਜਾਏਗਾ, ਉਹਨਾਂ ਦੇ ਵਿਚਾਰ ਵੀ ਜਿਹੜੇ ਨੇ ਉੱਥੇ ਸਰਵਣ ਕੀਤੇ ਜਾਣਗੇ। ਇਸੇ ਤਰ੍ਹਾਂ ਚਿੱਤਰਕਲਾ ਜਿਹੜੀ ਪ੍ਰਦਰਸ਼ਨੀ ਹੈ ਉਹ ਵੀ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਲਾਈ ਜਾਵੇਗੀ, ਜਿਸ 'ਚ ਪੂਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਹੈ ਜਿਹੜਾ ਉਹ ਚਿੱਤਰਕਲਾ ਦੇ ਨਾਲ ਦਰਸਾਇਆ ਜਾਵੇਗਾ। ਜਿੰਨੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ, ਜਿਸ ਤਰ੍ਹਾਂ ਦਾ ਕੋਈ ਸੰਘਰਸ਼ ਹੋਇਆ ਉਹ ਸਾਰੇ ਉਹਦੇ ਵਿੱਚ ਦਰਸਾਏ ਜਾਣਗੇ। ਤੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਹੈ, ਬਾਕੀ 17 ਤਰੀਕ ਨੂੰ ਮੇਨ ਸਮਾਗਮ ਦੇ ਵਿੱਚ ਅਗਲਾ ਪੂਰਾ ਸਾਲ ਜਿਹੜਾ ਅਸੀਂ ਅਗਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾਂ ਨੂੰ ਸਮਰਪਿਤ ਹੋਏਗਾ, ਕਿਉਂਕਿ ਕੋਵਿਡ-19 ਕਰਕੇ ਅਸੀਂ ਇਹ ਤਿਆਰੀਆਂ ਨਹੀਂ ਕਰ ਸਕੇ, ਵੱਡੇ ਸਮਾਗਮ ਨਹੀਂ ਹੋ ਸਕਦੇ ਸੀ। ਇਸੇ ਕਰਕੇ 17 ਤਰੀਕ ਤੋਂ ਇਹ 100 ਸਾਲਾ ਸ਼ਤਾਬਦੀ ਦੀ ਆਰੰਭਤਾ ਹੋਏਗੀ ਔਰ ਅਗਲੇ ਸਾਲ ਨਵੰਬਰ ਦੇ ਵਿੱਚ 15 ਨਵੰਬਰ ਨੂੰ ਜਾ ਕੇ ਸਮਾਪਤੀ ਹੋਣੀ ਹੈ। ਉਦੋਂ ਵੱਡੇ ਪੱਧਰ 'ਤੇ ਜਿਹੜਾ ਅਸੀਂ 100 ਸਾਲਾ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਮਨਾਵਾਂਗੇ। ਇਸੇ ਤਰ੍ਹਾਂ ਜੋ ਅੱਜ ਕੱਲ੍ਹ ਇਸ਼ੂ ਚੱਲ ਰਿਹਾ 328 ਸਰੂਪਾਂ ਦਾ, ਦੇਖੋ ਪਾਵਨ ਸਰੂਪਾਂ ਦੀ ਜਿਹੜੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਉੱਥੇ ਘਟਨਾ ਵਾਪਰੀ ਹੈਗੀ ਇਹ ਅੱਜ ਤੋਂ 5 ਸਾਲ ਪਹਿਲਾਂ ਦੀ ਹੈ, 2015-16 ਦੀ, ਔਰ ਉਹ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਉਦੋਂ ਪ੍ਰਧਾਨ ਸਨ, ਉਹ ਅੰਤਰ ਕਮੇਟੀ ਸੀ, ਉਹਨਾਂ ਦੇ ਵੇਲੇ ਦੀ ਇਹ ਸਾਰੀ ਘਟਨਾ ਉਦੋਂ ਵਾਪਰੀ ਸੀ। ਲੇਕਿਨ ਅਸੀਂ ਫਿਰ ਵੀ ਸਾਰੀਆਂ ਸਿੱਖ ਸੰਗਤਾਂ ਨੇ ਸਾਨੂੰ ਕਿਹਾ ਕਿ ਨਿਰਪੱਖ ਇਹਦੀ ਜਾਂਚ ਕਰਵਾਈ ਜਾਵੇ। ਉਹਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਡਾਕਟਰ ਈਸ਼ਰ ਸਿੰਘ ਉਹ ਕਮੇਟੀ ਨੂੰ ਜਿਹੜੀ ਹੈ ਉਹਨਾਂ ਤੋਂ ਸਾਰੀ ਇਹਦੀ ਇਨਕੁਆਇਰੀ ਉਹ ਕਰਵਾਈ ਹੈ ਔਰ ਉਹ ਇਨਕੁਆਇਰੀ ਸਾਡੇ ਕੋਲ ਅਕਾਲ ਤਖ਼ਤ ਸਾਹਿਬ ਨੇ ਭੇਜੀ ਹੈ ਔਰ ਜਿੰਨੀਆਂ ਵੀ ਸੀ ਜਿਹੜੇ ਵੀ ਦੋਸ਼ੀ ਪਾਏ ਗਏ ਨੇ, 16 ਦੋਸ਼ੀ ਉਹ ਇਨਕੁਆਇਰੀ ਜਿਹੜੀ ਹੈ ਡਾਕਟਰ ਈਸ਼ਰ ਸਿੰਘ ਨੇ ਕੀਤੀ ਹੈ ਉਹਦੇ 'ਚ ਪਾਏ ਗਏ ਸੀ। ਉਹਨਾਂ ਨੇ ਇਹ ਗੱਲ ਆਪਣੀ ਇਸ ਇਨਕੁਆਇਰੀ ਵਿੱਚ ਵੀ ਦੱਸੀ ਹੈ ਕਿ 328 ਜਿਹੜੇ ਸਰੂਪ ਨੇ, ਨਾ ਇਹ ਕੋਈ ਬੇਅਦਬੀ ਹੋਈ ਹੈ, ਨਾ ਇਹ ਕੋਈ ਲਾਪਤਾ ਹੋਏ ਨੇ, ਨਾ ਕੋਈ ਚੋਰੀ ਹੋਏ ਨੇ, ਇਹ ਜਿਹੜੇ ਸਰੂਪ ਨੇ ਔਰ ਜੋ ਸਾਡੇ ਕਰਮਚਾਰੀ ਸੀ ਔਰ ਉਹਨਾਂ ਨੇ ਆਪਣੇ ਲਾਲਚ ਬਸ ਹੋ ਕੇ ਜਿਹੜੀ ਉਹਨਾਂ ਦੀ ਭੇਟਾ ਸੀ ਆਪਣੇ ਜੇਬ ਦੇ ਵਿੱਚ ਪਾਈ ਸੀ ਔਰ ਇਮਾਨਤ ਵਿੱਚ ਖਿਆਨਤ ਕੀਤੀ ਗਈ, ਰਿਕਾਰਡ ਦੇ ਵਿੱਚ ਹੇਰਾਫੇਰੀ ਕੀਤੀ ਗਈ, ਇਹ ਸਾਰਾ ਕੁਝ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਹੈ ਡਾਕਟਰ ਈਸ਼ਰ ਸਿੰਘ ਨੇ ਲਿਖਿਆ। ਸੋ ਮੈਂ ਸਮਝਦਾ ਕਿ ਅਸੀਂ ਬਹੁਤ ਸਾਰੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ, ਕਈਆਂ ਨੂੰ ਅਸੀਂ ਬੁੱਤਲ ਵੀ ਕੀਤਾ, ਕਈਆਂ ਨੂੰ ਟਰਮੀਨੇਟ ਵੀ ਕੀਤਾ ਗਿਆ, ਜੋ ਵੀ ਬਣਦੀ ਸਜ਼ਾ ਸੀ
ਉਹ ਜਿਹੜੀ ਆ ਦਿੱਤੀ ਗਈ। ਅਸੀਂ ਆਪ ਵੀ ਸਾਡੀ ਜਿਹੜੀ ਪੁਰਾਣੀ ਅੰਤਰ ਕਮੇਟੀ ਸੀ ਜਾਂ ਅਹੁਦੇਦਾਰ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਸੀ ਔਰ ਉਹਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ, ਲੇਕਿਨ ਸਾਡੀ ਮੌਜੂਦਾ ਜਿਹੜੀ ਸੀ ਅਸੀਂ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਹ ਨਿਸ਼ਾਨਾ ਲੱਗਦਾ ਸੀ। ਅਸੀਂ ਆਪ ਜਾ ਕੇ ਔਰ ਖਿਮਾ ਜਾਚਨਾ ਜਿਹੜੀਆਂ ਮੰਗੀਆਂ ਸਮੁੱਚੀ ਸੰਗਤ ਤੋਂ ਜੋ ਵੀ ਸਾਨੂੰ ਸੇਵਾ ਲਾਈ ਗਈ ਉਹ ਸਾਰੀ ਅੰਤਰ ਕਮੇਟੀ ਨੇ ਸਾਰੇ ਅਹੁਦੇਦਾਰਾਂ ਨੇ ਜਿਹੜੀ ਹੈ ਉਹ ਸੇਵਾ ਕੀਤੀ ਹੈ ਤੁਹਾਡੇ ਸਾਰੇ ਸਾਹਮਣੇ ਹੈ। ਲੇਕਿਨ ਮੈਂ ਇੱਕ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਇੱਕ ਫੈਸਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਲਈ ਜੋ ਵੀ ਇੱਕ ਹਾਈ ਪਾਵਰ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਕੁਝ ਸਾਡੇ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਹੋਣਗੇ, ਬਾਕੀ ਅਸੀਂ ਵੱਖ ਵੱਖ ਬਾਹਰਲੀਆਂ ਜਿਹੜੇ ਜਥੇਬੰਦੀਆਂ ਨੇ ਜਾਂ ਜੋ ਸੰਸਥਾਵਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹਨਾਂ ਤੋਂ ਕੁਝ ਬੰਦੇ ਲੈ ਕੇ ਇੱਕ ਹਾਈ ਪਾਵਰ ਕਮੇਟੀ ਬਣਾਵਾਂਗੇ ਔਰ ਉਹ ਆਪ ਸਾਰੀ ਜਾਂਚ ਕਰੂਗੀ ਇਸ ਮਸਲੇ ਦੀ। ਉਹ ਪਬਲੀਕੇਸ਼ਨ ਵਿਭਾਗ ਦੇ ਵਿੱਚ ਵੀ ਜਾਂਚ ਕਰੇਗੀ ਔਰ ਰਿਕਾਰਡ ਦੀ ਜਾਂਚ ਵੀ ਕਰੇਗੀ ਵੀ ਕਿੱਥੇ ਉਹ ਗਏ ਨੇ ਔਰ ਕਿੱਥੇ ਕਿ ਦਿੱਤੇ ਗਏ ਨੇ, ਕਿਹੜੀ ਸੰਗਤ ਲੈ ਕੇ ਉਹ ਸਾਰੀ ਇਸ ਤਰ੍ਹਾਂ ਦੀ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ ਤਾਂ ਕਿ ਪੂਰੇ ਵਿਸਥਾਰ ਦੇ ਨਾਲ ਨਿਰਪੱਖ ਹੋ ਕੇ ਜਿਹੜੀ ਹੈ ਸਾਰੀ ਉੱਥੋਂ ਦਾ ਰਿਕਾਰਡ ਦੇਖ ਕੇ ਸਾਰਾ ਉਹ ਜਾਂਚ ਕਰੇਗੀ।